ਹਾਂ ਜੀ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਸਟਾਰ ਡਿਟੇਲ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਫਿਰ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਰੇਲਵੇ ਵਿੱਚ ਨਿਕਲੀਆਂ ਨੇ 10ਵੀਂ ਪਾਸ ਲਈ 1700 ਨੌਕਰੀਆਂ, ਕਿਵੇਂ ਅਪਲਾਈ ਕਰਨਾ ਹੈ ਉਹ ਜਾਣਦੇ ਹਾਂ। ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ। ਜਿਹੜੇ ਦੋਸਤ ਅੱਜ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਅਤੇ ਬੈਲ ਆਈਕਨ ਨਾਲ 'ਤੇ ਜ਼ਰੂਰ ਸੈੱਟ ਕਰ ਲੈਣ, ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਭਰਤੀ ਰੇਲਵੇ ਇੱਕ ਵਧੀਆ ਕੈਰੀਅਰ ਵਿਕਲਪ ਹੈ। ਹਰ ਸਾਲ ਰੇਲਵੇ 'ਚ ਵੱਡੀ ਗਿਣਤੀ ਦੇ ਵਿੱਚ ਨੌਕਰੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ। 10ਵੀਂ 12ਵੀਂ BA ਤੋਂ ਲੈ ਕੇ BTECH ਅਤੇ ਡਿਪਲੋਮਾ ਹੋਲਡਰਾਂ ਦੀ ਵੀ ਭਰਤੀ ਹੁੰਦੀ ਹੈ। ਭਾਰਤ ਵਿੱਚ ਸਰਕਾਰੀ ਨੌਕਰੀਆਂ ਲਈ ਭਾਰਤੀ ਰੇਲਵੇ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਇਸ ਲਈ ਬਹੁਤ ਸਾਰੇ ਸਰਕਾਰੀ ਨੌਕਰੀ ਦੇ ਚਾਹਵਾਨ ਇਸ ਲਈ ਤਿਆਰੀ ਕਰਦੇ ਹਨ ਅਤੇ ਅਪਲਾਈ ਕਰਦੇ ਹਨ। ਅੱਜ ਅਸੀਂ ਭਾਰਤੀ ਰੇਲਵੇ ਦਾ ਇੱਕ ਹੋਰ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਜਿਸ ਤਹਿਤ ਭਾਰਤੀ ਰੇਲਵੇ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਰੇਲਵੇ ਭਰਤੀ ਸੈੱਲ RRC ਉੱਤਰੀ ਮੱਧ ਜ਼ੋਨ ਪ੍ਰਯਾਗਰਾਜ ਨੇ ਅਪ੍ਰੈਟਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਨੇ। ਇਸ ਤਹਿਤ 1679 ਅਸਾਮੀਆਂ ਖਾਲੀ ਨੇ। ਜੇਕਰ ITI ਕਰਨ ਤੋਂ ਬਾਅਦ ਤੁਸੀਂ ਵੀ ਰੇਲਵੇ 'ਚ ਅਪ੍ਰੈਂਟਿਸ ਕਰਨਾ ਚਾਹੁੰਦੇ ਹੋ ਤਾਂ ਇਹ ਇੱਕ ਵਧੀਆ ਮੌਕਾ ਹੈ। ਉੱਤਰੀ ਮੱਧ ਰੇਲਵੇ ਦੇ ਵੱਖ ਵੱਖ ਡਿਵੀਜ਼ਨਾਂ ਵੱਖ ਵੱਖ ਵਿਭਾਗਾਂ ਦੇ ਵਿੱਚ ਅਪ੍ਰੈਂਟਿਸ ਭਰਤੀ ਕੀਤੀ ਜਾਵੇਗੀ। ਇਸ ਲਈ ਤੁਸੀਂ ਅਧਿਕਾਰਤ ਵੈਬਸਾਈਟ ACTAWPT.RRCRARail.in 'ਤੇ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਹੋ। ਅਰਜ਼ੀ ਜਿਹੜੀ ਹੈ 16 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਆਖਰੀ ਮਿਤੀ 15 ਅਕਤੂਬਰ ਹੈ। ਉੱਤਰੀ ਮੱਧ ਰੇਲਵੇ 'ਚ ਖਾਲੀ ਨੇ ਅਪ੍ਰੈਂਟਿਸ। ਮਕੈਨੀਕਲ ਵਿਭਾਗ ਦੀਆਂ 364 ਅਸਾਮੀਆਂ ਨੇ, ਇਲੈਕਟ੍ਰੀਕਲ ਵਿਭਾਗ ਦੀਆਂ 339 ਅਸਾਮੀਆਂ ਨੇ, ਝਾਂਸੀ ਡਿਵੀਜ਼ਨ ਦੀਆਂ 497, ਵਰਕਸ਼ਾਪ ਝਾਂਸੀ ਦੀਆਂ 183 ਅਤੇ ਆਗਰਾ ਡਿਵੀਜ਼ਨ ਦੀਆਂ 296 ਅਸਾਮੀਆਂ ਨੇ। ਉਮੀਦਵਾਰਾਂ ਦੀ ਉਮਰ ਘੱਟੋ ਘੱਟ 15 ਸਾਲ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। SC ST ਨੂੰ ਉੱਪਰਲੀ ਸੀਮਾ ਦੇ ਵਿੱਚ 5 ਸਾਲ ਦੀ ਛੋਟ ਮਿਲੇਗੀ, ਜਦੋਂ ਕਿ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ 5 ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ। ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਨੂੰ 50% ਅੰਕਾਂ ਨਾਲ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ, ਨਾਲ ਹੀ ਕਿਸੇ ਸੰਬੰਧਿਤ ਵਪਾਰ ਦੇ ਵਿੱਚ ITI ਕੀਤੀ ਹੋਣੀ ਚਾਹੀਦੀ ਹੈ। ਅਪ੍ਰੈਂਟਿਸ ਲਈ ਅਰਜ਼ੀ ਫੀਸ ਜਿਹੜੀ ਹੈ 100 ਰੁਪਏ। SC ST ਦਿਵਿਆਂਗ ਅਤੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਮੁਫਤ ਹੈ। ਨੋਟੀਫਿਕੇਸ਼ਨ ਦੇਖਣ ਲਈ ਤੁਸੀਂ ਅਧਿਕਾਰਤ ਵੈਬਸਾਈਟ 'ਤੇ ਜਾ ਸਕਦੇ ਹੋ। ਇਹ ਸੀ ਸਾਡੀ ਅੱਜ ਦੀ ਵੱਡੀ ਅਪਡੇਟ। ਇਸੇ ਤਰ੍ਹਾਂ ਹੋਰ ਨਵੀਆਂ ਨੌਕਰੀਆਂ ਬਾਰੇ ਜਾਣਨ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ। ਦਿਓ ਜੱਜ, ਧੰਨਵਾਦ।